ਲੈ ਲੋਕਾਂ ਦਾ ਤਾਂ ਨਾ ਸਰੇ ਹੀ ਪਿਆ ਆ ਨਵੇਂ ਰਿਵਾਜ ਚਲਾਤਾ ਕੀ ਹੋ ਗਿਆ ਮੰਮੀ ਕਾਹਦਾ ਨਵਾਂ ਰਿਵਾਜ ਚਲਾਤਾ ਆ ਦੇਖ ਤੇਰੇ ਮਾਮੇ ਨੇ ਨਾ ਆਪਦੀ ਪੋਤੀ ਦੀ ਲੋਹੜੀ ਮਨਾਉਣੀ ਆ ਉਹਦਾ ਕਾਰਡ ਪਾਇਆ ਹੋਇਆ ਸੱਚੀ ਮੰਮੀ ਆ ਤਾਂ ਬਹੁਤ ਵਧੀਆ ਗੱਲ ਆ ਲੈ ਦੱਸ ਇਹਦੇ 'ਚ ਵਧੀਆ ਗੱਲ ਕੀ ਆ ਕੁੜੀਆਂ ਦੀ ਲੋਹੜੀ ਕੌਣ ਮਨਾਉਂਦਾ ਹੁੰਦਾ ਆ ਤਾਂ ਨਵੇਂ ਰਿਵਾਜ ਤੋਰਤਾ ਨਹੀਂ ਮੰਮੀ ਅਗਲੇ ਦੇ ਮਸਾ ਮਸਾ ਤਾਂ ਬੱਚਾ ਹੋਇਆ ਵਾ ਫਿਰ ਅਗਲਾ ਉਹਦੇ ਚੌਲਾੜ ਤਾਂ ਕਰਦਾ ਹੀ ਆ ਕਰ ਲੈ ਚੌਲਾੜ ਕਿਹੜਾ ਕਿਸੇ ਨੇ ਮਨਾ ਕੀਤਾ ਪਰ ਆਹ ਇਹ ਨਹੀਂ ਮੈਨੂੰ ਵਧੀਆ ਲੱਗਦਾ ਮੰਮੀ ਕਿਸੇ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ ਪਰ ਅਗਲੇ ਦੇ ਘਰੇ ਤਾਂ ਖੁਸ਼ੀ ਆਈ ਆ ਨਾ ਅਗਲਾ ਤਾਂ ਖੁਸ਼ੀ ਮਨਾਊਗਾ ਫਿਰ ਨਹੀਂ ਖੁਸ਼ੀ ਤਾਂ ਮਨਾ ਲਵੇ ਪਰ ਉਹ ਨਾ ਮੁੰਡਿਆਂ ਦੀ ਮਨਾਈ ਜਾਂਦੀ ਆ ਕੁੜੀਆਂ ਦੀ ਨਹੀਂ ਮੰਮੀ ਚਲੋ ਛੱਡੋ ਆਪਾਂ ਕੀ ਲੈਣਾ ਤੁਸੀਂ ਮੈਨੂੰ ਐਂ ਦੱਸੋ ਲੋਹੜੀ ਤੇ ਮੈਂ ਕੀ ਕਰਕੇ ਲੈ ਕੇ ਜਾਵਾਂ ਨਹੀਂ ਬਾਲਾ ਕੁਛ ਨਹੀਂ ਕਰਕੇ ਲੈ ਕੇ ਜਾਣਾ ਚੁੱਪ ਕਰਕੇ ਨਾ 100 ਰੁਪਇਆ ਦੇਈ ਕੁੜੀ ਦੀ ਹੋਈ ਲੋਹੜੀ ਆ ਮੰਮੀ ਐਂ ਚੰਗਾ ਥੋੜ੍ਹੀ ਲੱਗਦਾ ਅਗਲੇ ਨੇ ਤਾਂ ਐਡਾ ਵੱਡਾ ਫੰਕਸ਼ਨ ਰੱਖਿਆ ਤੇ ਮੈਂ ਵਿੱਚ 100 ਰੁਪਇਆ ਦਿੰਦੀ ਚੰਗੀ ਲੱਗੂਗੀ ਨਾ ਜੇ ਤੂੰ ਆਪਦੀ ਮਰਜ਼ੀ ਹੋਏ ਕਰਨੀ ਆ ਫਿਰ ਤੂੰ ਮੈਨੂੰ ਕਾਹਦੇ ਲਈ ਪੁੱਛਦੀ ਆ ਹੱਦ ਆ ਮੰਮੀ ਜੇ ਮੈਂ ਤੁਹਾਨੂੰ ਬਿਨਾਂ ਪੁੱਛੇ ਕਰਕੇ ਲੈ ਜਾਂਦੀ ਨਾ ਫਿਰ ਵੀ ਤੁਸੀਂ ਮੈਨੂੰ ਇਹੀ ਗੱਲ ਕਹਿਣੀ ਸੀਗੀ ਵੀ ਹਾਂ ਮੈਨੂੰ ਕੀ ਪੁੱਛਣ ਦੀ ਲੋੜ ਪਈ ਆ ਤੁਹਾਨੂੰ ਕੀ ਹੋ ਗਿਆ ਸਵੇਰੀ ਸਵੇਰੇ ਦੋਨੋਂ ਜਾਣੀਆਂ ਕਿਉਂ ਲੜਨ ਲੱਗੀਆਂ ਪਈਓ ਜੀ ਮੇਰੇ ਨਾ ਮਾਮਾ ਜੀ ਦੀ ਪੋਤੀ ਦੀ ਲੋਹੜੀ ਆ ਉਹਨਾਂ ਨੇ ਨਾ ਮੋਬਾਈਲ ਤੇ ਕਾਰਡ ਭੇਜਿਆ ਫਿਰ ਤਾਂ ਵਧੀਆ ਗੱਲ ਹੈ ਪਰ ਇਹਦੇ ਵਿੱਚ ਫਿਰ ਬਹਿਸਣ ਦੀ ਕੀ ਲੋੜ ਹੈ ਜੀ ਮੈਂ ਨਹੀਂ ਬਹਿਸ ਰਹੀ ਮੰਮੀ ਕਹਿੰਦੇ ਕੁੜੀਆਂ ਦੀ ਲੋਹੜੀ ਕੌਣ ਮਨਾਉਂਦਾ ਹੁੰਦਾ ਉਹਨਾਂ ਨੇ ਨਵਾਂ ਰਿਵਾਜ ਹੀ ਤੋੜਿਆ ਨਹੀਂ ਜੀ ਗਲਤ ਕੀ ਕਿਹਾ ਮੈਂ ਸਹੀ ਹੀ ਕਿਹਾ ਪੁੱਤ ਕੁੜੀਆਂ ਦੀ ਲੋਹੜੀ ਕੌਣ ਮਨਾਉਂਦਾ ਹੁੰਦਾ ਦੇਖ ਲਓ ਜੀ ਅਗਲੇ ਨੇ ਤਾਂ ਐਡਾ ਵੱਡਾ ਫੰਕਸ਼ਨ ਕੀਤਾ ਤੇ ਮੰਮੀ ਮੰਮੀ ਇਹਦੇ 'ਚ ਗਲਤ ਕੀ ਹੈ ਉਹ ਹੁਣ ਤੂੰ ਵੀ ਇਹਦੇ ਨਾਲ ਲੱਗ ਜਾ ਮੈਨੂੰ ਨਾ ਸਿਖਾਓ ਤੁਸੀਂ ਵੀ ਕੀ ਗਲਤ ਹੈ ਤੇ ਕੀ ਸਹੀ ਹੈ ਉਹ ਮੰਮੀ ਇਹਦੇ ਵਿੱਚ ਗਲਤ ਕੀ ਹੈ ਐਂ ਤਾਂ ਦੱਸੋ ਅੱਜ ਕੱਲ ਨਾ ਨਾਲੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਆਹੋ ਹੈਗੀਆਂ ਨਹੀਂ ਘੱਟ ਬਸ ਕੁੜੀਆਂ ਕੁੜੀਆਂ ਹੀ ਹੁੰਦੀਆਂ ਨੇ ਤੇ ਮੁੰਡੇ ਮੁੰਡੇ ਹੀ ਹੁੰਦੇ ਨੇ ਅੱਛਾ ਮੰਮੀ ਫਿਰ ਤੁਸੀਂ ਭੈਣ ਬਾਰੇ ਕੀ ਵਿਚਾਰ ਰੱਖਦੇ ਹੋ ਬੇ ਗੱਲ ਤਾਂ ਕੁੜੀਆਂ ਦੀ ਹੋ ਰਹੀ ਆ ਤੂੰ ਆਪਦੀ ਭੈਣ ਨੂੰ ਕਿਵੇਂ ਚਵਾੜੀ ਜਾਂਦਾ ਮੰਮੀ ਭੈਣ ਨਾ ਐਡੀ ਵੱਡੀ ਨੌਕਰੀ ਤੇ ਲੱਗੀ ਹੋਈ ਹੈ ਤੁਸੀਂ ਨੇ ਉਹਨੂੰ ਇੰਨਾ ਪੜ੍ਹਾਇਆ ਲਿਖਾਇਆ ਤੁਹਾਡੇ ਮਨ 'ਚ ਉਦੋਂ ਨਹੀਂ ਕੋਈ ਵਿਚਾਰ ਆਇਆ ਵੀ ਇਹ ਕੁੜੀ ਹੈ ਰਾਜ ਤੂੰ ਮੇਰੀ ਧੀ ਨੂੰ ਨਾ ਕੁਛ ਕਹਿ ਉਹ ਮੰਮੀ ਮੈਂ ਤੁਹਾਡੀ ਧੀ ਨੂੰ ਕੁਛ ਨਹੀਂ ਕਹਿ ਰਿਹਾ ਮੈਂ ਤੁਹਾਡੀ ਸੋਚ ਨੂੰ ਕਹਿ ਰਿਹਾ ਵੀ ਇਹਨੂੰ ਹੁਣ ਤੁਸੀਂ ਬਦਲੋ ਹਾਂ ਮੰਮੀ ਇਹ ਨਾ ਬਿਲਕੁਲ ਸਹੀ ਕਹਿ ਰਹੇ ਨੇ ਕੁੜੀਆਂ ਤੇ ਮੁੰਡਿਆਂ 'ਚ ਨਾ ਕੋਈ ਫਰਕ ਨਹੀਂ ਮੰਮੀ ਜੇ ਕੱਲ ਨੂੰ ਮੇਰੇ ਕੁੜੀ ਹੁੰਦੀ ਹੈ ਨਾ ਮੈਂ ਤਾਂ ਆਪ ਉਹਦੀ ਲੋਹੜੀ ਮਨਾਉਂਗਾ ਤੂੰ ਕਮਲਾ ਹੋਇਆ ਉਹੀ ਗੱਲ ਫੇਰ ਕਰੀ ਜਾਂਦਾ ਮੰਮੀ ਜੀ ਗੱਲ ਨੂੰ ਤੁਸੀਂ ਸਮਝੋ ਅੱਜ ਕੱਲ ਨਾ ਕੁੜੀਆਂ ਮੁੰਡਿਆਂ ਨਾਲੋਂ 100 ਗੁਣਾ ਅੱਗੇ ਨੇ ਮਾਂ ਪਿਓ ਦੀ ਸੇਵਾ ਵੀ ਕੁੜੀਆਂ ਹੀ ਕਰਦੀਆਂ ਨੇ ਮੰਮੀ ਹਰੇਕ ਕੰਮ 'ਚ ਹਰੇਕ ਫੀਲਡ 'ਚ ਇੱਥੋਂ ਤੱਕ ਕਿ ਨੌਕਰੀ ਦੇ ਵਿੱਚ ਵੀ ਕੁੜੀਆਂ ਦੀ ਬੱਲੇ ਬੱਲੇ ਹੋਈ ਹੋਈ ਹੈ ਤੁਸੀਂ ਪਤਾ ਨਹੀਂ ਹਜੇ ਤੱਕ ਕਿਹੜੀ ਪੁਰਾਣੀ ਸੋਚ ਰੱਖੀ ਬੈਠੇ ਹੋ ਮੰਮੀ ਮੈਂ ਤਾਂ ਕਹਿਣਾ ਵਧੀਆ ਕਰਿਆ ਅਗਲੇ ਨੇ ਜਿਹੜਾ ਆਪਦੀ ਕੁੜੀ ਦਾ ਫੰਕਸ਼ਨ ਮਨਾ ਰਿਹਾ ਹੈ ਅਗਲਾ ਜਾ ਕੇ ਮੈਂ ਤਾਂ ਕਹਿਣਾ ਤੁਸੀਂ ਵੀ ਦੇਖੋ ਵੀ ਉਹ ਟਾਈਮ ਲੰਘ ਗਿਆ ਮੰਮੀ ਜਦੋਂ ਇਕੱਲੀ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ ਮੰਮੀ ਮੈਂ ਸਿਰਫ ਨਾ ਤੁਹਾਡੀ ਗੱਲ ਨਹੀਂ ਕਰ ਰਿਹਾ ਇਹ ਮੈਂ ਗੱਲ ਸਾਰਿਆਂ ਦੀ ਕਰ ਰਿਹਾ ਕੁੜੀਆਂ ਪ੍ਰਤੀ ਮਾੜੀ ਸੋਚ ਰੱਖਣੀ ਮੰਮੀ ਮੈਨੂੰ ਤਾਂ ਐਂ ਨਹੀਂ ਸਮਝ ਲੱਗ ਰਹੀ ਵੀ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਕਿਉਂ ਬਣੀ ਹੋਈ ਹੈ ਜਦ ਕਿ ਗੁਰੂ ਸਾਹਿਬਾਨ ਕਹਿੰਦੇ ਨੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਬਸ ਮੰਮੀ ਮੈਂ ਨਾ ਹੁਣ ਤੁਹਾਨੂੰ ਇਹਦੇ ਉੱਪਰ ਦੀ ਹੋਰ ਕੁਛ ਨਹੀਂ ਕਹਿੰਦਾ ਨਾ ਹੀ ਮਿਲ ਲਵੇ ਤੁਹਾਨੂੰ ਕਹਿਣ ਨੂੰ ਕੋਈ ਸ਼ਬਦ ਨੇ ਮੰਮੀ ਆਪਾਂ ਨੂੰ ਨਾ ਅਗਲੇ ਦੀ ਖੁਸ਼ੀ ਦੇ ਵਿੱਚ ਖੁਸ਼ੀ ਮਨਾਉਣੀ ਚਾਹੀਦੀ ਹੈ ਇਹ ਦਾਤਾਂ ਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਨੇ ਇੱਕ ਵਾਰ ਮੰਮੀ ਤੁਸੀਂ ਖੁਸ਼ੀ ਮਨਾ ਕੇ ਤਾਂ ਦੇਖੋ ਫਿਰ ਦੇਖਿਓ ਤੁਹਾਡੀਆਂ ਖੁਸ਼ੀਆਂ ਕਿਵੇਂ ਡਬਲ ਹੁੰਦੀਆਂ ਨੇ ਤੇ ਬਾਕੀ ਜੀ ਜੇ ਤੁਸੀਂ ਇਸ ਵੀਡੀਓ ਵਿੱਚ ਸਾਡਾ ਦਿੱਤਾ ਹੋਇਆ ਮੈਸੇਜ ਸਮਝ ਗਏ ਹੋ ਤਾਂ ਕੁੜੀਆਂ ਤੇ ਮੁੰਡਿਆਂ ਵਿੱਚ ਨਾ ਫਰਕ ਕਰਨਾ ਬੰਦ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਹੈਪੀ ਲੋਹੜੀ ਜੀ